सक्सेस मंत्रा ओवरसीज लिमिटेड है, वह बच्चों के जाली सर्टिफिकेट तैयार करता वक् वक् यूनिवर्सिटियों के, तो वो आधार से बच्चे मुड़ के बाहर फाइलां लाते, फाइलां भी ये लाते हैं बाहर सारिया दियाँ, तो ये जेडे काबिल बच्चे वो रह जाते हैं, तो जिन्हां दे कोल पढ़ाई दा खास नहीं हैगी वो जाली सर्टिफिकेट बना के बाहर जाते हैं। ਆਉਣ ਵਾਲੇ ਬੱਚਿਆਂ ਦਾ ਬਹੁਤ ਸਰ ਭਵਿੱਖ ਖਰਾਬ ਹੈ, ਕਿਉਂਕਿ ਸਰ ਜਾਲੀ ਡਾਕੂਮੈਂਟ ਸਾਰੇ ਲਾ ਕੇ ਉਹਨਾਂ ਨੂੰ ਬਾਹਰ ਭੇਜ ਦੇਣ, ਉੱਥੋਂ ਬਾਅਦ 'ਚ ਡਿਪੋਰਟ ਹੋ ਕੇ ਇੱਥੇ ਭੇਜ ਦਿੰਦੀ ਐਮਬੈਸੀ, ਉਹਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ, ਇੱਕ ਇਨਕਮ ਹੀ ਨੁਕਸਾਨ ਹੋ ਰਿਹਾ ਸਰ ਉਹਨਾਂ ਦਾ। ਮੈਂ ਇੱਥੇ ਸਟੱਡੀ ਕਰਦਾ ਰਿਹਾ ਹਾਂ, ਸਪੋਕਨ ਦੀਆਂ ਕਲਾਸਾਂ ਲਾਉਂਦਾ ਰਿਹਾ, ਮੈਨੂੰ ਇੱਥੋਂ ਪਤਾ ਲੱਗਾ ਸੀ ਵੀ ਇਹਨਾਂ ਜਾਲੀ ਫਰੋਡ ਕੰਮ ਕਰਦੇ ਆ, ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਨੇ ਆਉਣ ਵਾਲੀ ਜਨਰੇਸ਼ਨ ਦਾ। ਇਸ ਲਈ ਮੈਂ ਪੁਲਿਸ ਦੀ ਸਹਾਇਤਾ ਨਾਲ ਇਹਨਾਂ 'ਤੇ ਕਾਰਵਾਈ ਬਣਦੀ ਕੀਤੀ ਜਾਵੇ, ਕਿਉਂਕਿ ਆਉਣ ਵਾਲੀ ਜਨਰੇਸ਼ਨ ਸਾਡੀ ਬਚ ਸਕੇ, ਨੌਲੇਜ ਉਹਨਾਂ ਦੀ ਵਧੇ। ਕਿਉਂਕਿ ਆਉਣ ਵਾਲੇ ਬੱਚਿਆਂ ਦਾ ਬਹੁਤ ਸਰ ਭਵਿੱਖ ਖਰਾਬ ਹੈ, ਕਿਉਂਕਿ ਸਰ ਜਾਲੀ ਡਾਕੂਮੈਂਟ ਸਾਰੇ ਲਾ ਕੇ ਉਹਨਾਂ ਨੂੰ ਬਾਹਰ ਭੇਜ ਦੇਣ, ਉੱਥੋਂ ਬਾਅਦ 'ਚ ਡਿਪੋਰਟ ਹੋ ਕੇ ਇੱਥੇ ਭੇਜ ਦਿੰਦੀ ਐਮਬੈਸੀ, ਉਹਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ, ਇੱਕ ਇਨਕਮ ਹੀ ਨੁਕਸਾਨ ਹੋ ਰਿਹਾ ਸਰ ਉਹਨਾਂ ਦਾ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸੀ ਕਿ ਇਹ ਡੁਪਲੀਕੇਟ ਸਰਟੀਫਿਕੇਟ ਬਣਾ? ਸਰ ਇੱਥੋਂ ਦੇ ਇੱਕ ਇੰਪਲੋਈ ਹੈ ਇਹਨਾਂ ਦਾ, ਉਹਨੇ ਸਾਨੂੰ ਦੱਸਿਆ ਜੀ ਸਾਰਾ ਕੁਛ ਵੀ ਇੱਦਾਂ ਸਾਰਾ ਡਿਪਾਰਟਮੈਂਟ ਆ, ਕੁਛ ਇਹਨਾਂ ਦਾ ਡਿਪਾਰਟਮੈਂਟ ਆ, ਸੀਗਾ ਟੈਲੀਕਾਮ ਹੁੰਦਾ ਇੱਧਰ ਬੈਕ ਸਾਈਡ, ਉੱਧਰ ਕੋਈ ਨਹੀਂ ਜਾਣ ਦਿੰਦੇ, ਅਤੇ ਮੈਂ ਇਹ ਬ੍ਰਦਰ ਦਾ ਸਰਟੀਫਿਕੇਟ ਬਣਾਇਆ ਕਿਉਂਕਿ ਮੇਰਾ ਬਣਾ ਕੇ ਦੇ ਨਹੀਂ ਸਕਦੇ, ਅਤੇ ਮੈਂ ਬ੍ਰਦਰ ਕਿਉਂਕਿ ਮੈਂ ਸਰ ਇਹਨਾਂ ਇੱਥੇ ਪੜ੍ਹਿਆ ਵਾਂ, ਇਹਨਾਂ ਨੇ ਇਸ ਲਈ ਨਹੀਂ ਬਣਾਉਣਾ ਮੇਰਾ, ਅਤੇ ਮੈਂ ਬ੍ਰਦਰ ਦਾ ਬਣਾ ਲਿਆ ਨਾਲ, ਇਹ ਮੇਰਾ ਬ੍ਰਦਰ ਆ, ਇਹਨਾਂ ਨੇ 10,000 ਰੁਪਈਆ ਲਿਆ ਮੇਰੇ ਕੋਲ, ਅਤੇ ਇਹਨਾਂ ਕੋਲ ਸਾਨੂੰ ਦੱਸਿਆ ਵਾ ਵੀ ਬਹੁਤ ਹੋਰ ਵੀ ਜਾਣਿਆਂ ਦੇ, ਕਾਫੀ ਜਾਣਿਆਂ ਦੇ ਬਣਾਏ ਹੋਏ ਆ, ਸਾਨੂੰ ਵਿਖਾਇਆ ਹੋਇਆ ਵਾ ਇਹਨਾਂ ਨੇ ਸਰ 20 ਮਿੰਟ 'ਚ। ਆ ਵੇਖੋ ਮੇਰੇ ਤੋਂ ਚੈਟਿੰਗ ਪਈ ਆ, ਚੈਟਿੰਗ ਪਈ ਆ ਮੇਰੇ ਤੋਂ 20 ਮਿੰਟ 'ਚ, ਬੀ ਸੀ ਏ ਦਾ। ਸਰ ਮੇਰੇ ਨੌਲੇਜ ਵਿੱਚ ਤਾਂ ਇਹ ਕੁਛ ਹੈ ਨਹੀਂ ਸੀ, ਮੇਰਾ ਕੋਈ ਸਟਾਫ ਦੱਸਣ ਦੇ ਆ ਜਿੰਨੇ, ਮਤਲਬ ਮੇਰਾ ਸਟਾਫ ਜਿਹੜਾ ਕੋਈ ਦੱਸਣ ਦੇ ਜਿੰਨੇ ਇੱਦਾਂ ਦਾ ਕੋਈ ਕੰਮ ਕੀਤਾ ਵਾ, ਮੈਂ ਖੁਦ ਇੱਥੇ ਇੱਕ ਕੰਮ ਕਰਨ ਦੇ ਹੈਗਾ ਵਾ, ਅਤੇ ਜਿਹੜਾ ਕਿ ਮੇਰੀ ਨੌਲੇਜ ਵਿੱਚ ਨਹੀਂ ਹੈਗਾ, ਮੈਨੂੰ ਸਰ ਹੁਣੀ ਆਏ ਤੇ ਇਹਨਾਂ ਨੇ ਦੱਸਿਆ ਕਿ ਕੋਈ ਡਾਕੂਮੈਂਟ ਬਣਾ ਕੇ ਦਿੱਤਾ, ਹਜੇ ਤੱਕ ਮੈਂ ਉਹ ਦੇਖਿਆ ਤੱਕ ਨਹੀਂ ਹੈਗਾ, ਮੈਨੂੰ ਇਹਦੇ ਬਾਰੇ ਨਹੀਂ ਨੌਲੇਜ ਹੈਗੀ ਸਰ। ਤੁਹਾਨੂੰ ਪਤਾ ਹੀ ਨਹੀਂ ਹੈ ਤੇ ਤੁਸੀਂ ਕਿੱਦਾਂ ਕਿਸੇ ਨੂੰ ਕੋਈ ਇੰਨੀ ਚੈਕਿੰਗ ਕਰਨ ਦਿਓਗੇ? ਸਰ ਦੇਖੋ ਤੁਸੀਂ ਆਏ ਜੇ ਮੁਲਾਜ਼ਮ ਕੋਈ ਵੀ ਆ ਸਕਦਾ ਸੀ ਚੈੱਕ ਕਰਨ ਥੋੜੀ ਪੁਲਿਸ ਤੁਹਾਡੇ ਕੋਲ ਆਈ ਹੈ, ਕਿੰਨੀ ਪੁਲਿਸ ਆਈ ਹੈ, ਕੀ ਚੈੱਕ ਕੀਤਾ ਉਹਨਾਂ ਨੇ? ਸਰ ਉਹਨਾਂ ਨੇ ਆਫਿਸ ਦੇਖਿਆ ਗਿਆ ਆਪਣੇ, ਤੇ ਜੋ ਉਹਨਾਂ ਨੂੰ ਆਪਣਾ ਸਹੀ ਲੱਗਾ ਉਹਨਾਂ ਨੇ ਆਪਣਾ ਕੰਮ ਕੀਤਾ, ਅਸੀਂ ਉਹਨਾਂ ਦੇ ਨਾਲ ਪੂਰਾ ਸਾਥ ਦਿੱਤਾ। ਕਿੰਨੇ ਲੀਗਲ ਡਾਕੂਮੈਂਟਸ ਤੁਹਾਡੇ ਕੋਲ ਲਏ ਉਹਨਾਂ ਨੇ? ਸਰ ਲੀਗਲ ਡਾਕੂਮੈਂਟ ਕੁਛ ਹੈਗੇ ਨੇ ਜਿਹੜੇ ਇਹਨਾਂ ਨੇ ਲਏ ਨਾਲ, ਅਸੀਂ ਹਾਂ ਲੈ ਕੇ ਜਾ ਸਕਦੇ ਨੇ ਕਿਉਂਕਿ ਉਹ ਓਰੀਜਨਲ ਡਾਕੂਮੈਂਟ ਹੈਗੇ ਬੱਚਿਆਂ ਦੇ। ਸਰਟੀਫਿਕੇਟ ਦਾ ਕੀ ਇਸ਼ੂ? ਸਰ ਤੁਹਾਡੇ ਤੋਂ ਪਤਾ ਲੱਗ ਰਿਹਾ ਵਾ ਕਿ ਕਿਸੇ ਬੱਚੇ ਨੇ ਕੋਈ ਕੰਪਲੇਂਟ ਕੀਤੀ ਹੈ? ਸਾਡੇ ਤੋਂ ਪਤਾ ਲੱਗ ਰਿਹਾ ਜੀ, ਪੁਲਿਸ ਨੇ ਦੱਸਿਆ, ਜੋ ਵੀ ਸਾਡੇ ਤੋਂ ਨਾ ਕਹੋ, ਹਾਂ ਜੋ ਪੁਲਿਸ ਨੇ ਦੱਸਿਆ ਕਿ ਮਤਲਬ ਕੋਈ ਕਲਾਇੰਟ ਹੈਗਾ ਵਾ ਜਿਹਨੇ ਮਤਲਬ ਬਣਾਇਆ ਇੱਥੋਂ, ਕੋਈ ਦੱਸਣ ਦੇ ਆ ਕਿ ਸਰਟੀਫਿਕੇਟ ਗ੍ਰੈਜੂਏਸ਼ਨ ਦਾ, ਮੇਰੀ ਨੌਲੇਜ ਦੇ ਵਿੱਚ ਵੀ ਨਹੀਂ ਹੈਗਾ, ਇੱਕ ਵਾਰੀ ਮੈਂ ਪਤਾ ਕਰ ਲੈਂਦਾ ਹਾਂ ਕਿ ਕੀ ਹੈ। ਸੈਂਟਰ ਕੀ ਚੱਲਦਾ ਹੈ? ਸਰ ਸੈਂਟਰ ਵਿੱਚ LPU ਦਾ ਇੱਥੇ ਡਿਸਟੈਂਸ ਐਜੂਕੇਸ਼ਨ ਦਾ ਕਰਦੇ ਹਾਂ ਅਸੀਂ, ਅਤੇ ਨਾਲ ਇੱਥੇ ਆਪਣਾ ਇਮੀਗ੍ਰੇਸ਼ਨ ਦਾ ਕੰਮ ਜਿਹੜਾ। ਸਰ ਦੇਖੋ ਕੈਨੇਡਾ ਵੀ ਮਤਲਬ ਜਾਂਦੇ ਨੇ ਬੱਚੇ, UK ਵੀ ਜਾਂਦੇ ਹੈਗੇ। ਇਹ ਸਰ ਬਟਾਲਾ ਦੇ ਵਿੱਚ ਚਿੱਟੀ ਗਰਾਊਂਡ ਕਰਕੇ ਵੱਜਦਾ ਆ ਜੀ, ਇੱਥੇ ਆਫਿਸ ਆ ਜੀ ਇਹ, ਅੱਜ ਉਸ ਆਫਿਸ ਦੇ ਵਿੱਚ ਮੇਰਾ ਕੋਈ ਸੰਸਥਾ ਦਾ ਹੀ ਮੁੰਡਾ ਸਰਟੀਫਿਕੇਟ ਕੋਈ ਬਣਵਾਉਣ ਵਾਸਤੇ ਗਿਆ ਸੀਗਾ, ਇਹ ਕਹਿੰਦੇ ਸੀਗੇ ਰੀਜਨਲ ਬਣਾ ਕੇ ਦੇਵਾਂਗੇ, ਲੇਕਿਨ ਇਹਨਾਂ ਨੇ ਕੀ ਕੀਤਾ ਵਾ, ਜਦੋਂ ਸਰਟੀਫਿਕੇਟ ਦੀ ਫੋਟੋ ਕਾਪੀ ਉਹਨਾਂ ਨੇ ਮੈਨੂੰ ਪਾਈ ਆ, ਮੈਂ ਚੈੱਕ ਕੀਤਾ ਤਾਂ ਉਹ ਬਿਲਕੁਲ ਫੇਕ ਸੀਗਾ, ਅਤੇ ਉਹਨਾਂ ਨੇ 10-12 ਹਜ਼ਾਰ ਰੁਪਏ ਦੇ ਕੋਲ ਲਿਆ, ਅਤੇ ਜਿਹੜਾ ਸਰਟੀਫਿਕੇਟ ਆ ਉਹ ਬਿਲਕੁਲ ਹੀ ਫੇਕ ਆ, ਅਤੇ ਸਿਰਫ 15 ਮਿੰਟ ਦੇ ਵਿੱਚ ਉਹਨੂੰ ਤਿਆਰ ਕਰਕੇ ਇਸ ਬੱਚੇ ਨੂੰ ਦੇ ਦਿੱਤਾ। ਇਹ ਖਤਰਨਾਕ ਹੈ ਜੀ, ਹੁਣ ਦੇਖੋ ਜੀ ਕਿੰਨੇ ਬੱਚੇ 300-400 ਅਮਰੀਕਾ ਕੈਨੇਡਾ ਤੋਂ ਵਾਪਸ ਆ ਰਿਹਾ ਸਿਰਫ ਇਸੇ ਵਜ੍ਹਾ ਕਰਕੇ ਹੀ, ਕਿਉਂਕਿ ਜਦੋਂ ਇਹਨਾਂ ਦੇ ਪੇਪਰ ਉੱਥੇ ਚੈੱਕ ਹੁੰਦੇ ਨੇ ਇਹਨਾਂ ਦੀਆਂ ਪੜ੍ਹਾਈਆਂ, ਹੁਣ ਦੇਖੋ ਜੀ 3-4-5 ਸਾਲ ਆਪਾਂ ਲਾ ਕੇ ਅਤੇ ਇੱਕ ਡਿਗਰੀ ਲੈਂਦੇ ਹਾਂ, ਅਤੇ ਇਹ ਬੰਦਾ 10-12 ਹਜ਼ਾਰ ਰੁਪਏ ਦੇ ਵਿੱਚ 15 ਮਿੰਟਾਂ 'ਚ ਡਿਗਰੀ ਦੇਣ ਡਿਆ, ਇੱਕ ਸਰਕਾਰ ਕੀ ਕਰਨ ਡਈ ਆ? ਕੀ ਚਾਹੁੰਦੇ ਤੁਸੀਂ? ਅਸੀਂ ਇਹੋ ਚਾਹੁੰਦੇ ਹਾਂ ਵੀ ਇਹ ਜਿਹੜੇ ਇਹੋ ਜਿਹੇ ਦਫ਼ਤਰ ਆ ਉਹ ਬੰਦ ਕਰਵਾਏ ਜਾਣ, ਅਤੇ ਨਾਲ ਇਹ ਵੀ ਚਾਹੁੰਦੇ ਹਾਂ ਵੀ ਜਿਹੜਾ ਸਰਟੀਫਿਕੇਟ ਆ ਜਾਂ ਕੋਈ ਵੀ ਆ ਇਹ ਪਹਿਲਾਂ ਥਾਣਿਆਂ ਦੇ ਵਿੱਚ ਚੈੱਕ ਹੋਵੇ, ਉਸ ਤੋਂ ਬਾਅਦ 'ਚ ਗਾੜੀ ਬੱਚਿਆਂ ਨੂੰ ਦਿੱਤਾ ਜਾਵੇ।
सीक्रेट इनफॉर्मेशन मिली सी भी चिट्टी ग्राउंड के सामने एक सुख है सक्सैस मंत्रा सक्सैस मंत्रा ओवरसीज लिमिटेड आ वो बच्चों के जाली सर्टिफिकेट तैयार करता वक् वक् यूनिवर्सिटिया के आधार पर बच्चे मुड़ के बाहर फाइलों लाते फाइलों भी ये लाते हैं बाहर सारे दियाँ तो ये जेडे काबिल बच्चे वो रह जिन्हे को पढ़ाई द खास नहीं हैगी जाली सर्टिफिकेट बना के बाहर जाते हैं ये उन्होंने मदद करते मोटे पैसे लेंदे जी इन्ह को जाली सर्टिफिकेट तो जाली मोहर बराबद हुई लवली यूनिवर्सिटी आ एक होर यूनिवर्सिटी आ कोई मंत्रा मंत्रा यूनिवर्सिटी काफी ने जी गिनती करनी हाले तो तफ्तीश का विषय हाँ एक नकली सर्टिफिकेट बनाया ये खिलाफ मुकदमा दर्ज कर रहे हैं जी आप 465-66-68-61-400 कनेडा 700 बच्चे तलवार लटक रही है वापस आने की तो इन्हों की मेहरबानी है जो जाली तैयार करके दे देंगे हाँ दो बंदे तफ्तीश चल रही है जेडे सेंटर च मिले है जिन्हें को समान मिले जी ਕੀ ਤੁਸੀਂ ਪਰੇਸ਼ਾਨ ਹੋ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਹੋਇਆ ਪਿਆਰ ਵਾਪਸ ਪਾਓ 24 ਘੰਟੇ ਚ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਿਆਰ ਚ ਧੋਖਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਵਿਦੇਸ਼ ਯਾਤਰਾ ਇਮੀਗ੍ਰੇਸ਼ਨ ਮਸਲੇ ਔਲਾਦ ਸੁੱਖ ਬਿਮਾਰੀ ਚ ਦਵਾ ਨਾ ਲੱਗਣਾ ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਪਾਓ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ